ਸਾਡੀ ਗੱਡੀ ਜੁੜੇ ਪਿਆ ਗਿਆ ਜੀ ਤੇਲ ਜੇ ਜਿਵੇਂ ਦਾ ਬਾ ਖੁਸ਼ ਹੋ ਕੇ ਲੱਗਦਾ ਪਿਆ ਹੀ ਗਿਆ ਇਸਕੋ ਛੂਟ ਦੋ ਥਲੇ ਟਾਈਮ ਤਕਰੀਬਨ ਯਾਰ 6:47 ਹੋ ਗਏ ਪ੍ਰੋਗਰਾਮ ਬਣਿਆ ਹੁਣ ਮੁੰਡੇ ਨੇ ਕੱਲ ਪਰਸੋਂ ਰੋਲਾ ਪਾਏ ਚੀਪਸ ਕਰਦਾ ਸੀ ਵੀ ਆਂਦੇ ਤੁਹਾਨੂੰ ਇਥੋਂ ਪਲੰਦਰ ਦੀ ਚੀਪਸ ਖਵਾਣੀ ਹੈ ਮਜ਼ੇ ਨਾ ਆਏਗਾ ਪੈਸੇ ਵਾਪਸ ਹੋਣਗੇ ਤੁਹਾਡੇ ਸਿਆਲਕੋਟ ਚੀਪਸ ਆਖ ਵੀ ਨਹੀਂ ਉਹਦੇ ਅੱਗੇ ਮੈਂ ਚਲੋ ਵੇਖ ਲੈਣੇ ਕਿ ਡੀਕ ਮਜ਼ੇਦਾਰ ਚੱਲੇ ਆ ਬਾਬਾ ਜੀ ਸਿਆਲਕੋਟ ਇਹਨਾਂ ਨੂੰ ਕੀ ਪਤਾ ਆਪੇ ਹੁਣੇ ਵੇਖਣਾ ਪਲੰਦਰੀ ਕੀ ਹੁੰਦਾ ਕਲੰਦਰੀ ਹੁੰਦਾ ਮੈਂ ਕਿਹਾ ਗੁਜਰਾਂ ਵਾਲੇ ਦੀਆਂ ਦੁਕਾਨਾਂ ਇੱਥੇ ਗੁਜਰਾਂ ਵਾਲਾ ਬ੍ਰਾਂਡ ਆਪਣਾ ਇਲਾਕਾ ਬ੍ਰਾਂਡ ਹਸਨਾ ਹੀ ਹਾਂਜੀ ਹਸਨਾ ਹੀ ਅੱਲਾ ਦੇ ਬੰਦੇ ਜਦੋਂ ਕਿਸੇ ਦੂਸਰੇ ਇਲਾਕੇ ਚ ਜਾਈਏ ਤੇ ਆਪਣੇ ਇਲਾਕੇ ਦੀਆਂ ਛਾਵਾਂ ਵੇਖੀਏ ਆਪਣੇ ਇਲਾਕੇ ਦੇ ਬੰਦੇ ਵੇਖੀਏ ਤੇ ਫਿਰ ਦਿਲ ਖੁਸ਼ ਹੁੰਦਾ ਯਾਰ ਸਾਡਾ ਇਲਾਕਾ ਕਿੱਡਾ ਸਾਡੇ ਇਲਾਕੇ ਦੇ ਬੰਦੇ ਇੱਥੇ ਆ ਕੇ ਕੰਮ ਕਰਦੇ ਨੇ ਚਲੋ ਪਲੰਦਰੀ ਬਾਜ਼ਾਰ ਜਿਹੜਾ ਪਹੁੰਚ ਗਿਆ ਚੀਪਸ ਬੜੀ ਮਸ਼ਹੂਰ ਹੈ ਤੇ ਚੀਪਸ ਖਾਤੇ ਹੈ ਆਪਕੋ ਵੀ ਖਿਲਾਤੇ ਹੈ ਤੇ ਮਜ਼ੇ ਉਡਾਤੇ ਹੈ ਆ ਜਾਓ ਗਰਮਾ ਗਰਮ ਚੀਪਸ ਨਿਕਲ ਰਹੀ ਹੈ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਧੋਖਾ ਨਹੀਂ ਕੋਈ ਫਰੇਬ ਨਹੀਂ ਆਪ ਵੀ ਖਾਓ ਆਪਣੇ ਬੱਚਿਆਂ ਨੂੰ ਖਵਾਓ ਤੇ ਮਜ਼ੇ ਉਰਾਓ ਲਓ ਜੀ ਮੇਰੇ ਨੂੰ ਖਾਓ ਤੁਸੀਂ ਚੀਪਸ ਮੇਰੇ ਲਾਗੇ ਜੀ ਆਏ ਹੋ ਖਾਓ ਤੇ ਮਜ਼ੇ ਉਰਾਓ ਐਂ ਤੂੰ ਕਹਿਣਾ ਸੀ ਚੀਪਸ ਜੇ ਨਾ ਆ ਗਈ ਤੇ ਮਸਾਲਾਦਾਰੀ ਪਿਆਲੀ ਚੋਂ ਸਾਰਾ ਇਹਦੇ ਚ ਲੁੱਦ ਲਿਆ ਬਹੁਤੇ ਮਸਾਲੇ ਨਹੀਂ ਖਾਣੇ ਅੱਛਾ ਉਹ ਚੀਪਸ ਹਨ ਜੀ ਪਲੰਦਰੀ ਨੇ ਮਜ਼ਾ ਆਇਆ ਸਾਨੂੰ ਮਜ਼ਾ ਕੀ ਆਣਾ ਬਿਲਕੁਲ ਮਜ਼ੇਦਾਰ ਹੈ ਯਮ ਯਮ ਹੋਏ ਕੱਪੜੇ ਜੇ ਨਾ ਮੈਂ ਕੱਢ ਲਿਆਂਦੇ ਜੇ ਸਭ ਤੋਂ ਪਹਿਲਾਂ ਫਿਰ ਮੈਂ ਜਲਦੀ ਨਹਾਵਾਂ ਨਹਾ ਕੇ ਜੇ ਨਾ ਬੀਬਾ ਬੱਚਾ ਬਣ ਗਿਆ ਵਾਂ ਐ ਸ਼ਲਟ ਮੰਗਾਈ ਸੀ ਔਨਲਾਈਨ ਤੁਸੀਂ ਪੁਰਾਣੇ ਲੋਕ ਵੇਖਿਓ ਹੁਣ ਪਿੰਡ ਹਾਂ ਜੀ ਤੂੰ ਨਹੀਂ ਵੇਖੀ ਤਾਂ ਵੇਖਿਓ ਬਾਕੀ ਹੁਣ ਮੈਂ ਕਸ਼ਮੀਰ ਆਇਆ ਵਾਂ ਅੱਜ ਜੇ ਜੁੰਮਾ ਮੁਬਾਰਕ ਮੇਰੇ ਤੋਂ ਸਭ ਨੂੰ ਜੁੰਮਾ ਤੋਂ ਮੁਬਾਰਕ ਫਿਲਹਾਲ ਫਿਰ ਅੱਜ ਕਸ਼ਮੀਰ 'ਚ ਜੁੰਮਾ ਪੜਾਂਗੇ ਪਹਿਲਾ ਜੁੰਮਾ ਚਲੋ ਆਇਓ ਇੱਥੋਂ ਕਸ਼ਮੀਰ ਦੀਆਂ ਚੁੱਲ੍ਹਾ ਵੇਖੋ ਚੈੱਕ ਕਰੋ ਕਿਆ ਕੀ ਆਂਢੀ ਅੰਗੀਠੀ ਆ ਵੇਖੋ ਜੀ ਕਬਾਬ ਸ਼ਬਾਬ ਟਿੱਕੇ ਛਿੱਕੇ ਲਾਣੇ ਜੀ ਦੇਖੀ ਆ ਨੇਰੀ ਘਰ ਕਬਾਬ ਜੀ ਵੇਖੋ ਕਿੰਝ ਬਣਾਈ ਆ ਵੇਖੋ ਚੁੱਲ੍ਹ ਕਿੱਡੀ ਸੋਹਣੀ
ਜਿਸ ਹਿਸਾਬ ਨਾਲ ਤੋੜਦੀ ਆ ਲੱਗਦੀ ਕਸ਼ਮੀਰ ਦੀ ਆ। ਜੁਮਾ ਪਰਾਂ ਜਾਣਾ ਆ ਗਏ ਜੀ ਇੱਥੇ ਬਾਜ਼ਾਰ ਵੱਲ, ਲੋਕ ਵੀ ਜਾਂਦੇ ਆ। ਇੱਥੇ ਜੇ ਨਾ ਪਤਾ ਨਹੀਂ ਘਾਟ ਵੇਖੋ, ਅਸੀਂ ਜਿਹਾ ਨਾ ਉਹ ਸਾਹਮਣੇ ਪਹਾੜ ਤੋਂ ਉਹ ਜਿਹਦੇ ਘਰ ਨਜ਼ਰ ਆਉਂਦੇ ਨਾ ਵੱਡਾ ਜਿਹਾ ਪਹਾੜ ਜਿੱਥੇ ਲੱਭਣ ਦੇ ਨੰਨੇ ਮੁੰਨੇ ਜੇ ਘਰ, ਉੱਥੋਂ ਜਿਹਾ ਨਾ ਇੱਥੇ ਜੁਮਾ ਪੜ੍ਹਨ ਆਇਆ ਜੀ। ਮਾਸ਼ਾਅੱਲਾ ਤਿੰਨ ਫਲੋਰ ਹਨ, ਤਿੰਨੇ ਫੁੱਲ ਹਨ, ਤਾਂ ਅਸੀਂ ਸਾਹਮਣੇ ਉਤਲੇ ਫਲੋਰ 'ਤੇ ਜਿਹਾ ਨਾ ਨਮਾਜ਼ ਜੁਮਾ ਅਦਾ ਕਰ ਲਈ। ਦੂਸਰੀ ਮਸਜਿਦ 'ਚ ਹੀ ਹੋਣ ਡਿਆ ਜੁਮਾ। ਉਹ ਗਲਾਇਆ ਗਲਾਇਆ ਇੱਥੇ ਜੇ ਨਾ ਨੰਨਾ ਮੁੰਨਾ ਜਿਹਾ ਬੱਚਾ, ਉਹ ਨੰਨਾ ਮੁੰਨੀ ਬੱਚਾ ਨਾ ਪਿਆ ਪੌਦਾ। ਇਹ ਵੇਖੋ ਇਹ ਖਰੋਟ ਆ, ਕੀ ਸੇਬ ਨੇ ਕੀ ਹੈ ਇਹ, ਕੀ ਆ ਵੀ ਖਰੋਟ ਹੀ ਨੇ ਉਹਨੇ ਹੈ। ਇਹ ਕਾਹਦਾ ਬੂਟਾ, ਕਿਹੜਾ ਫਲ ਹੈ ਭਰਾ, ਕਮੈਂਟ ਵੀ ਦੱਸਿਓ। ਇਹ ਕਸ਼ਮੀਰ ਦੇ ਇਹਨੂੰ ਪਤਾ ਵੀ ਨਹੀਂ, ਚੰਗਾ ਬਣਿਆ ਭਾਈ ਤੂੰ। ਖਰੋੜ ਦੇ ਵੀ ਹੈ, ਆਹੋ ਇੱਥੇ ਜੇ ਨਾ ਇੱਕ ਖਰੋੜ ਦਾ ਬੂਟਾ ਵੀ ਲੱਭਾ ਸਾਨੂੰ, ਹੜੇ ਹੜੇ ਖਰੋਟ ਲੱਗੇ ਨੇ ਉੱਥੇ ਆਵੇ। ਓਏ ਓਏ ਇਹਦੇ ਵਿੱਚ ਹੈ ਹੀ, ਓਏ ਇਹ ਵੇਖ ਵਿੱਚ ਹੈ ਹੀ, ਉਹ ਗਿਆ ਹੀ ਹੈ ਵੇ। ਕਰੋ ਦਮ ਸ਼ਾਹ ਮੈਨੂੰ, ਇਹ ਕਦੀ ਸਾਡੇ ਪਿੰਡ ਹੁੰਦੇ ਨਾ ਉੱਥੇ, ਜਾਂ ਸਾਡਾ ਪਿੰਡ ਇੱਥੇ ਆਈਏ, ਉਹਨਾਂ ਇੱਕ ਇੱਕ ਜਿਹੜਾ ਨਾ ਇੱਕ ਦਾ ਉਹਨਾਂ ਪੱਤਰ ਵੀ ਨਹੀਂ ਜਾਣਨਾ। ਬਾਕੀ ਜਦੋਂ ਇਹ ਹੀ ਹੈ ਜੇ ਨਾ ਕੱਚੇ ਨੇ ਅਤੇ ਇੱਕ ਦੋ ਹੀ ਤੋੜੀਏ, ਕਿਉਂਕਿ ਕਿਸੇ ਦਾ ਬੂਟਾ ਵੀ ਉਹਨਾਂ ਸਾਨੂੰ ਕਿਹੜੀ ਜ਼ਬਾਨ ਹੈ ਇੱਥੇ, ਪਠਾਰੀ ਪਹਾੜੀ ਜ਼ਬਾਨ 'ਚ ਤੁਸੀਂ ਗਾਲਾਂ ਕੱਢਣੀ। ਹੈਲੋ ਸਮਝ ਸਾਨੂੰ ਕੋਈ ਨਹੀਂ, ਜਿੰਨੀਆਂ ਮਰਜ਼ੀ ਭੇਜ ਕੱਢਣ। ਇਹ ਸਾਹਮਣੇ ਪਤਾ ਨਹੀਂ ਕਾਹਦਾ ਬੂਟਾ ਜੇ, ਉੱਥੇ ਫਲ ਲੱਗਿਆ ਤਾਂ ਇੱਥੇ ਜਿਹਾ ਤੁਹਾਨੂੰ ਪਹਾੜੀ ਨਾਰ ਵਹਾਨੇ ਆ, ਉਹ ਤਾਂ ਬਹੁਤ ਹੀ ਉੱਚੀ ਹੈ। ਇਹ ਫੜ ਕੇ ਵਹਾਨੇ ਲਾਉਣਾ ਨਹੀਂ ਜੀ ਥੋੜ੍ਹੀ ਫਲ। ਇਹ ਵੇਖੋ ਜੀ ਨਾਰ ਹੜਾ ਜਿਹਾ ਹੀ ਹੈ, ਪਹਾੜੀ ਨਾਰ ਅੱਛਾ ਇੱਥੇ ਥੋੜ੍ਹਾ ਇੱਕ ਆ ਵੀ ਲੱਗਾ। ਇੱਥੇ ਤਕਰੀਬਨ ਜਿਹਾ ਨਾ ਹਰ ਬੂਟਾ ਮਤਲਬ ਫਲ ਵਾਲਾ ਬੂਟਾ ਜੀ, ਕੋਈ ਫਾਲਤੂ ਆਲਤੂ ਨਹੀਂ ਬੂਟਾ, ਕਿ ਹਰ ਕੋਈ ਜਿਹੜਾ ਕੋਈ ਨਾ ਕੋਈ ਫਲ ਲੱਗਦਾ। ਪੀਪਲ ਵੀ ਹੈ ਜੇ, ਇਹਦੇ ਕਰੀ ਸੁਣ ਵਾਲੀ ਗੱਲ, ਮੈਂ ਕਿਹਾ ਸਾਡੇ ਲਾਗੇ ਦੇ ਬੂਟੇ ਸਾਡੇ ਪਿੱਛੇ ਜਾ ਗਏ ਨੇ। ਚਲੋ ਬਾਬਾ ਜੀ।
ਘਰ ਵਾਪਿਸ ਆਇਆ ਵਾ। ਇੱਥੇ ਲੱਭ ਗਈ ਮੈਨੂੰ ਬਾੜੀਆਂ। ਓਏ ਕਿਆ ਕਰੋ ਅੰਮੀ ਜੀ, ਆ ਵੇਖ ਲਓ ਜੀ ਬਾੜੀਆਂ। ਕੋਈ ਚਾਹੀਦੀ ਹੈ ਤਾਂ ਲੈ ਆਵਾਂ ਫਿਰ ਇੱਥੋਂ ਕਸ਼ਮੀਰ ਦੀ ਬਾੜੀ। ਚਲੋ ਪੁੱਛਾਂਗੇ ਲੈ ਕੇ। ਅੰਮੀ ਜੀ ਇਹ ਜੇ ਜੀ ਕਸ਼ਮੀਰ ਦੀਆਂ ਬਾੜੀਆਂ, ਅਤੇ ਦੱਸੋ ਫਿਰ ਲੈ ਕੇ ਆਵਾਂਗੇ ਨਾ। ਸਾਡੇ ਆ ਜੀਆਂ ਮੇਰੇ ਹਿਸਾਬ ਨਾਲ ਸਹੀ ਨਹੀਂ, ਇਹਦੇ ਨਾਲ ਇਹਦੇ ਹਲਕੀਆਂ ਭੁਲਕੀਆਂ ਹੀ ਨੇ। ਚਲੋ ਦੱਸ ਦਿਓ ਵਟ ਆਰ ਯੂ ਡੂਇੰਗ ਸੋਹਣਿਆ। ਕੱਚਾ ਹੀ, ਉਹ ਵੀ ਕੱਚਾ ਜਿਹਾ ਦੂਸਰਾ, ਕੱਚਾ ਹੀ ਖਾਈ ਜਾਣੇ ਉਹ ਭਾਨ। ਉਹ ਸਹੀ ਹੈ, ਇਹ ਧੁੱਪੇ ਵੀ ਸੁਕਾਈ ਦਾ, ਤੂੰ ਇੰਜ ਖਾਈ ਜਾਣ ਡਿਆ ਜ਼ਿੰਦਗੀ ਚ ਪਹਿਲੀ ਵਾਰੀ ਸਾਜ ਬੂਟੇ ਨਾਲ ਧੋ ਕੇ ਧੋ ਕੇ। ਸਾਡੇ ਸੰਗੀ ਉਹ ਖਲੋਤੇ ਵੀ ਉਹਨਾਂ ਨੂੰ ਲੱਭਣ ਡਿਆ ਸਭ ਨੂੰ ਤੇਲ ਦੇ ਲਿਆ। ਬਸ ਉਹ ਮੁੰਡੇ ਉਹਨਾਂ ਦੇ ਉਹ ਤੇਲ ਨਹੀਂ ਲੱਭਣਾ। ਵੇਖੋ ਜੀ ਰਸ਼, ਉਹ ਪਿੱਛੇ ਗੱਡੀਆਂ ਦੀ ਵੀ ਲੈਣ ਲੱਗੀ ਜੇ ਧੋੜ। ਤੇਲ ਪੈਟਰੋਲ ਫਿਰ ਮਹਿੰਗਾ ਹੋ ਜਾਣਾ ਪੱਕੀ ਗੱਲ, ਅਬਲ ਹੋ ਗਿਆ ਹੋਣਾ ਤਾਂ ਅੱਧੀ ਹੋ ਜਾਣਾ ਨਹੀਂ ਦੇਣ ਦੇ। ਮੋਟਰਸਾਈਕਲਾਂ 'ਚ ਲੈਣ ਲੱਗੀ ਹੈ ਪਰਾਂ ਨੂੰ ਗੱਡੀਆਂ ਦੂਸਰੀਆਂ ਦੀ, ਕਾਰਾਂ ਸ਼ਾਰਾਂ ਕਾਈ ਡੱਬੇ ਡੁੱਬੇ ਆਉਂਦੇ ਨੇ ਉਹਨਾਂ ਦੀ ਵੀ ਲੈਣ ਲੱਗੀ ਹੈ ਪੂਰੇ ਰੋਡ 'ਤੇ। ਉਹਦੇ ਕੰਮ ਵੇਖੋ, ਸੌ ਰੁਪਈਆ ਲੈ ਕੇ ਲਾਉਂਦਾ ਤੇਲ ਪਵਾਉਣ ਲਈ ਐਡੀ ਵੱਡੀ ਲੈਣ 'ਚ। ਅਬਲ ਨਹੀਂ ਸੱਜ ਸੌ ਦਾ ਲੱਗਦਾ ਸਾਡੀ ਗੱਡੀ 'ਚ ਜਾਣਾ ਪੈ ਗਿਆ ਤੇਲ। ਸਾਡੀ ਗੱਡੀ ਜੁੜੇ ਪੈ ਗਿਆ ਜੀ ਤੇਲ, ਜਿਵੇਂ ਦਾ ਖੁਸ਼ ਹੋ ਕੇ ਲੱਗਦਾ ਪੈ ਹੀ ਗਿਆ। ਅੱਜ ਤੱਕ ਜੀ ਆਣਾ ਗੱਡੀ ਛੱਡੀਆਂ ਦਾ ਰਸ਼, ਉੱਧਰ ਵੇਖੋ ਆਰਾਮ ਸਕੂਨ ਦੀ ਜ਼ਿੰਦਗੀ ਨਾਲ ਕ੍ਰਿਕਟ ਖੇਡਣ ਦੇ ਨੇ, ਕ੍ਰਿਕਟ ਫੁੱਟਬਾਲ ਵਾਲੀਬਾਲ ਸਭ ਕੁਛ ਚੱਲ ਰਿਹਾ। ਲਓ ਜੀ ਆਹ ਗੱਡੀ ਵਾਲੇ ਨੂੰ ਲੱਭ ਗਿਆ। ਚਲੋ ਜੀ ਸਾਡੀ ਗੱਡੀ 'ਚ ਜੇ ਨਾ ਪੈਟਰੋਲ ਪੈ ਗਿਆ, ਉਹ ਪਹਿਲਾਂ 'ਚ ਲੱਗੇ ਹਨ ਆ ਕੇ ਘੰਟਾ ਡੇਢ ਲੈਣ 'ਚ ਖਲੋਤੇ ਹਨ, ਅਤੇ ਉੱਥੇ ਤਾਂ ਬੜੀ ਵੱਡੀ ਲੈਣ ਲੱਗੀ ਮੁਲਕ ਦੇ ਹਾਲਾਤ, ਪਤਾ ਨਹੀਂ ਕਿੱਧਰ ਨੂੰ ਜਾ ਰਹੇ। ਅੱਲਾ ਹੀ ਖੈਰ ਕਰੇ।